ਕਰਨ ਔਜਲੇ ਦੇ ਗਾਣੇ ਦੀ ਲਾਈਨ ਆ, ਜੇ ਰੋਟੀ ਪੱਕੀ ਨਹੀਂ ਮਿਲੇ ਤਾਂ ਅਸੀਂ ਲਾਉਣੀ ਸਿੱਖ ਲਈ। ਕੈਨੇਡਾ 'ਚ ਆਪਣੇ ਘਰ ਤੋਂ ਦੂਰ ਰਹਿ ਕੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਪਿਆ ਵਾ, ਜਿਵੇਂ ਕਿ ਦੇਖ ਲਓ ਮੇਰੀ ਰੋਟੀ ਗੋਲ ਹੋਣੀ ਸ਼ੁਰੂ ਹੋ ਗਈ ਆ। ਮੈਂ ਮੰਮਾ 'ਚ ਜਿੰਨੀ ਟੇਸਟੀ ਤਾਂ ਨਹੀਂ ਬਣਾ ਸਕਿਆ, ਬਟ ਇੱਕ ਪਰਫੈਕਟ ਡਿਨਰ ਮੀਲ ਤਾਂ ਹੋ ਸਕਦੀ ਆ ਨਾ ਇਹ। ਹਰ ਹਫ਼ਤੇ ਸੈਟਰਡੇ ਅਤੇ ਮੰਡੇ ਮੇਰੀ ਕੰਮ ਤੋਂ ਛੁੱਟੀ ਹੁੰਦੀ ਆ, ਇਸ ਲਈ ਮੈਂ ਲਵਤੇ ਵਿਸ਼ਾਲ ਨੇ ਸੋਚਿਆ ਕਿ ਕਿਉਂ ਨਾ ਕੁਛ ਟੇਸਟੀ ਬਣਾ ਕੇ ਖਾਧਾ ਜਾਵੇ, ਬਟ ਹੈਲਦੀ ਵੀ ਹੋਣਾ ਚਾਹੀਦਾ, ਰਾਈਟ? ਸਾਡੇ ਸਾਰੇ 'ਚੋਂ ਸ਼ਾਇਦ ਹੀ ਕੋਈ ਹੋਗਾ ਜਿਹਨੂੰ ਆਲੂ ਵਾਲੇ ਸੈਂਡਵਿਚ ਨਾ ਪਸੰਦ ਹੋਣ। ਚਲੋ ਇਸ ਹੈਲਦੀ ਮੀਲ ਨੂੰ ਖਾਣ ਤੋਂ ਬਾਅਦ ਜਿਮ ਚਲੇ ਜਾਂਦਾ ਵਾਂ, ਕਿਉਂਕਿ ਆਹ ਸ਼ੋਲਡਰ 'ਚੋਂ ਟ੍ਰੇਨ ਕਰਨੇ ਆ। ਅੱਜ ਦੇ ਵਰਕਆਊਟ ਦੀ ਅਚੀਵਮੈਂਟ ਸ਼ੇਅਰ ਕਰਾਂ। ਅੱਜ ਮੈਂ ਪਹਿਲੀ ਵਾਰੀ 80 ਕੇਜੀਸ ਨਾਲ ਸ਼ੋਲਡਰ ਪ੍ਰੈਸਿਸ ਪਰਫਾਰਮ ਕੀਤੇ। ਸਾਡੇ ਡੈਲਟੋਇਡ ਤੇ 3 ਹੈਡ ਹੁੰਦੇ ਆ, ਇੰਟੀਰੀਅਰ, ਲੇਟਰਲ ਤੇ ਰੀਅਰ, ਤੇ ਤਿੰਨਾਂ ਨੂੰ ਇਕੁਅਲੀ ਟ੍ਰੇਨ ਕਰਨਾ ਬਹੁਤ ਇੰਪੋਰਟੈਂਟ ਆ, ਆਪਣੇ ਸ਼ੋਲਡਰ ਨੂੰ ਬੈਲੈਂਸ ਡਿਵੈਲਪ ਕਰਨ ਲਈ ਤੇ ਇੰਜਰੀ ਤੋਂ ਪ੍ਰੀਵੈਂਟ ਕਰਨ ਲਈ। ਫਿਰ ਉਸ ਤੋਂ ਬਾਅਦ ਕਰਿਆ ਕਿ ਮੈਂ ਤੇ ਲਵ ਨੇ ਦਿੱਤੇ ਤੁਹਾਡੇ ਕੁਝ ਇੰਟਰਸਟਿੰਗ ਕੁਐਸਚਨਸ ਦੇ ਜਵਾਬ। ਮੈਨੂੰ ਤਾਂ ਲੱਗਿਆ ਸੀ ਕਿ ਤੁਹਾਡੇ ਬ੍ਰਦਰ ਹੈ ਯਾਰ, ਸਾਨੂੰ ਬਹੁਤ ਲੋਕ ਕਹਿ ਚੁੱਕੇ ਆ ਲਵ ਭਾਜੀ ਕੀ ਬੋਡੀ ਕਿਉਂ ਨਹੀਂ ਬਣ ਰਹੀ।